पिछले लंबे समय तो केंद्र की मोदी सरकार के खिलाफ चल रही किसान जथेबंदियों की जंग नूं हुंगारा देंदे हुए स्कूलों के विद्यार्थियों वालों किसान जथेबंदियों की अगवाई में जीरा बस स्टैंड तो रोस मार्च शहर में कढ़िया गया। इस मौके किसान आगू हरप्रीत सिंह लौंगोदेवा वालों बोलते हुए कहा गया कि जो केंद्र सरकार अंबानी अडानी के इशारे से किसानों देशद्रोही अतवादी ते होर ना जाने होर की कह के पुकार रही है उन्होंने उपर जुर्म टाल रही है जिन्हों का सबूत दिल्ली में की गई नाकेबंदी है जो कि भारत पाकिस्तान चीन बार्डर से भी देखने नहीं मिलती। उन्होंने विद्यार्थियों वालों भी केंद्र की मोदी सरकार अगे मांग की गई कि जो किसान जेलों में बंद किए गए हैं उन्होंने जल्द तो जल्द रिहा किया जाए। ਕਾਦੀਆਂ ਤੋਂ ਇਕਾਈ ਪ੍ਰਧਾਨ ਪਿੰਡ ਲੰਗੋਦੇਵਾ ਜੋ ਇਹ ਅੱਜ ਦਾ ਸਾਡਾ ਹੈਗਾ ਇਹ ਰੋਸ ਮਾਰਚ ਪ੍ਰੋਟੈਸਟ ਇਹ ਜੋ ਕਾਲੇ ਕਾਨੂੰਨ ਹੈ ਉਹਨਾਂ ਦੇ ਵਿਰੋਧ ਵਿੱਚ ਜੋ ਇਹ ਮੋਰਚਾ ਚੱਲ ਰਿਹਾ ਹੈ ਉਸ ਮੋਰਚੇ ਤੇ ਬੈਠੇ ਹੋਏ ਕਿਸਾਨ ਵੀਰਾਂ ਦੀ ਹੌਸਲਾ ਅਫਜ਼ਾਈ ਲਈ ਇਹ ਜੋ ਸਾਡੇ ਸਟੂਡੈਂਟ ਹੈ ਵਿਦਿਆਰਥੀ ਵੀਰ ਹੈ ਇਹਨਾਂ ਨੇ ਉਪਰਾਲਾ ਕੀਤਾ ਇਹ ਅੱਜ ਅਸੀਂ ਇਹ ਜੋ ਨਾਰੇ ਲਿਖ ਕੇ ਜੋ ਇੱਥੇ ਚੌਂਕ ਦੇ ਵਿੱਚ ਖੜਾਂਗੇ ਤੇ ਸ਼ਹਿਰ ਦੇ ਵਿੱਚ ਮਾਰਚ ਵੀ ਕੀਤਾ ਜਾਊਗਾ ਜੋ 6 ਤਰੀਕ ਨੂੰ ਸੰਯੁਕਤ ਮੋਰਚੇ ਵੱਲੋਂ ਕੱਲ੍ਹ ਭਾਰਤ ਦੇ ਚੱਕਾ ਜਾਮ ਕਰਨ ਦਾ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਲਈ ਇੱਥੇ ਉਸ ਮੋਰਚੇ 'ਚ ਪਹੁੰਚਣ ਵਾਲੇ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਜੋ ਬਹੁਤ ਵੱਡੀ ਗਿਣਤੀ ਵਿੱਚ ਕੱਲ੍ਹ ਵੱਖ ਵੱਖ ਥਾਵਾਂ 'ਤੇ ਪਹੁੰਚੇ ਜੋ ਇਹ 6 ਤਰੀਕ ਦਾ ਬੰਦ ਬਹੁਤ ਸਫਲ ਰਿਹਾ ਇਸ ਨਾਲ ਮੋਦੀ ਸਰਕਾਰ ਪੂਰੀ ਤਰ੍ਹਾਂ ਹਿੱਲੀ ਹੋਈ ਹੈ। ਦੇਖੋ ਜੀ ਹੁਣ ਜੋ ਮੋਦੀ ਸਰਕਾਰ ਦੀਆਂ ਨੀਤੀਆਂ ਉਹ ਤਾਂ ਆਪ ਸਾਰੇ ਉਸ ਤੋਂ ਜਾਣੂ ਹੈ ਜਿਹੜੇ ਕਿਸਾਨ ਮਜ਼ਦੂਰ ਆ ਜਿੰਨੇ ਵੀ ਵਰਗ ਆ ਆਪਦੇ ਹੱਕਾਂ ਦੀ ਲੜਾਈ ਲੜਨ ਲਈ ਉੱਥੇ ਗਏ ਹੋਏ ਆ ਸਰਕਾਰ ਉਹਨਾਂ ਦੇ ਵਿੱਚ ਵੰਡੀਆਂ ਪਾਉਣ ਦਾ ਕੰਮ ਕਰ ਰਹੀ ਆ ਪਰ ਕਿਸਾਨ ਮਜ਼ਦੂਰ ਇਸ ਟਾਈਮ ਪੂਰੇ ਜਾਗਰੂਕ ਹਨ ਉਹ ਕਿਸੇ ਹੋਰ ਮੁੱਦੇ 'ਤੇ ਇਸ ਟਾਈਮ ਗੱਲ ਨਹੀਂ ਕਰ ਰਹੇ ਜੋ ਉਹਨਾਂ ਦੇ ਹੱਕ ਆ ਜੋ ਮੋਰਚਾ ਲੱਗਾ ਵੀ ਇਹ ਕਾਨੂੰਨ ਵਾਪਸ ਲਓ ਅਤੇ ਦੁਬਾਰਾ ਇਸ ਮਸਲੇ ਦੇ ਉੱਤੇ ਨਵੇਂ ਕਾਨੂੰਨ ਬਣਾਓ ਸਰਕਾਰ ਜੋ ਮਰਜ਼ੀ ਕਵੇ ਕਿਸਾਨ ਆਪਣੇ ਹੱਕਾਂ ਲਈ ਅੜੇ ਹੋਏ ਆ। ਸੁਣਨ 'ਚ ਆ ਰਿਹਾ ਕਿ ਕੁਛ ਜਥੇਬੰਦੀਆਂ ਨੂੰ ਵੱਖ ਕੀਤਾ ਗਿਆ ਉਸ ਬਾਰੇ ਜੀ ਹਜੇ ਤੱਕ ਕੋਈ ਜਿਹੜੀ ਪੁਖਤਾ ਜਾਣਕਾਰੀ ਨਹੀਂ ਪਹੁੰਚੀ ਪਰ ਜੋ ਸੰਯੁਕਤ ਮੋਰਚੇ ਦੀ ਕਮੇਟੀ ਹੈ ਜੋ ਉਹਨਾਂ ਨੇ ਫੈਸਲਾ ਕੋਈ ਸੋਚ ਸਮਝ ਕੇ ਲਿਆ ਹੋਵੇਗਾ ਜੋ ਆਉਣ ਵਾਲੇ ਜਿਹੜਾ ਟਾਈਮ ਹੈ ਉਸ ਦੇ ਵਿੱਚ ਜੋ ਪਤਾ ਲੱਗੇ ਉਸ ਤੋਂ ਬਾਅਦ ਉਸ 'ਤੇ ਟਿੱਪਣੀ ਕਰਨੀ ਵਾਜਬ ਸਮਝਾਂਗੇ। ਮੈਂ ਧੰਨਵਾਦੀ ਹਾਂ ਇਹਨਾਂ ਵੱਖ ਵੱਖ ਪਾਰਟੀਆਂ ਦਾ ਅਤੇ ਨੌਜਵਾਨ ਵਿਦਿਆਰਥੀਆਂ ਦਾ ਸਟੂਡੈਂਟਾਂ ਦਾ ਜੋ ਕਿ ਅੱਜ ਕਾਦੀਆਂ ਗਰੁੱਪ ਵੱਲੋਂ ਇੱਕ ਰੋਸ ਮਾਰਚ ਮੋਦੀ ਸਰਕਾਰ ਦੇ ਖਿਲਾਫ ਰੱਖਿਆ ਹੋਇਆ ਸੀ ਜੋ ਕਿ ਸਾਡੇ ਕਾਲੇ ਕਾਨੂੰਨ ਇਹ 3 ਆਰਡੀਨੈਂਸ ਮੋਦੀ ਸਰਕਾਰ ਨੇ ਪਾਸ ਕੀਤੇ ਸੀ ਸਾਡੇ ਜਿੰਨੇ ਵੀ ਕਿਸਾਨ ਦੇਸ਼ ਦੇ ਖੇਤ ਅਤੇ ਮਜ਼ਦੂਰ ਕਿਸਾਨ ਹਰ ਵਰਗ ਦੇ ਲੋਕ ਜੋ ਦਿੱਲੀ ਦੇ ਵੱਖ ਵੱਖ ਬਾਰਡਰਾਂ 'ਤੇ ਬੈਠੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੀ ਮੋਦੀ ਸਰਕਾਰ ਨੂੰ ਫੈਸਲਾ ਲੈ ਲੈਣਾ ਚਾਹੀਦਾ ਹੈ ਇਹ 3 ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਕਿ ਜੋ ਸਾਡੀ ਜਿਹੜੀ ਸੁੱਖ ਸ਼ਾਂਤੀ ਆ ਜਿਹੜੀ ਏਕਾ ਵਾ ਸਾਰੀਆਂ ਦੁਨੀਆ ਦਾ ਬਣਿਆ ਰਹੇ ਅਤੇ ਕਿਸਾਨ ਜੇ ਕਿਸਾਨ ਆ ਅਤੇ ਆੜ੍ਹਤੀਆ ਹੈਗਾ ਤਾਂ ਸਭ ਕੁਛ ਤਾਂ ਹੀ ਇਹ ਸਾਡਾ ਕਾਮਯਾਬ ਹੈਗਾ ਜੇ ਕਿਸਾਨ ਨਹੀਂ ਹੈਗਾ ਤਾਂ ਕੁਝ ਵੀ ਨਹੀਂ ਹੈਗਾ। ਧੰਨਵਾਦ ਜੀ। ਆਵਾਜ਼ ਕੌਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।